ਅਜਿਹੇ ਬੜੇ ਘੱਟ ਮਾਮਲੇ ਸਾਹਮਣੇ ਆਉਂਦੇ ਨੇ ਜਦੋਂ ਇੱਕ ਜੱਜ ਨੂੰ ਸਜ਼ਾ ਸੁਣਾਈ ਜਾਵੇ, ਪਰ ਇੱਕ ਅਜਿਹਾ ਮਾਮਲਾ ਵੇਖਣ ਨੂੰ ਮਿਲਿਆ ਹੈ ਅਮਰੀਕਾ ਦੇ ਨਿਊ ਜਰਸੀ ਦਾ, ਜਿੱਥੇ ਆਚਾਰ ਸਮਿਤੀ ਨੇ ਇੱਕ ਜੱਜ ਨੂੰ 3 ਮਹੀਨੇ ਬਿਨਾਂ ਸੈਲਰੀ ਤੋਂ ਸਸਪੈਂਡ ਕਰਨ ਦਾ ਸੁਝਾਅ ਦਿੱਤਾ ਹੈ। ਸਾਲ 2016 ਚ ਇੱਕ ਰੇਪ ਪੀੜਤ ਮਹਿਲਾ ਜੱਜ ਜੌਨ ਰੂਸੋ ਸਾਹਮਣੇ ਪੇਸ਼ ਹੋਈ ਤਾਂ ਦੋਸ਼ੀ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਸੀ। ਕ੍ਰੋਸ ਕੁਐਸਚਨਿੰਗ ਦੇ ਸਮੇਂ ਜੱਜ ਨੇ ਮਹਿਲਾ ਤੋਂ ਇਤਰਾਜ਼ਯੋਗ ਪ੍ਰਸ਼ਨ ਕਰਦੇ ਹੋਏ ਪੁੱਛਿਆ ਕਿ ਤੁਹਾਨੂੰ ਪਤਾ ਹੈ ਕਿ ਕਿਸੇ ਵਿਅਕਤੀ ਨੂੰ ਆਪਣੇ ਨਾਲ ਜ਼ਬਰਦਸਤੀ ਸੰਬੰਧ ਬਣਾਉਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ। ਤਾਂ ਜੱਜ ਰੂਸੋ ਨੇ ਫਿਰ ਪੁੱਛਿਆ ਕਿ ਕਲੋਜ਼ ਯੋਰ ਲੈਗਸ, ਕਾਲ ਦ ਪੁਲਿਸ, ਡਿਡ ਯੂ ਡੂ ਐਨੀ ਆਫ ਦੀਜ਼ ਥਿੰਗਸ, ਜਿਸ ਕਾਰਨ ਜੱਜ ਰੂਸੋ ਨੂੰ ਕੋਰਟ ਦੀ ਪ੍ਰਕਿਰਿਆ ਤੇ ਸੁਣਵਾਈ ਦੌਰਾਨ ਨਿਆਇਕ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ, ਜਿਸ ਤੇ ਉਹਨਾਂ ਕਿਹਾ ਕਿ ਉਹ ਮਹਿਲਾ ਤੋਂ ਜ਼ਿਆਦਾ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਸੀ ਤੇ ਉਸਨੂੰ ਜ਼ਲੀਲ ਕਰਨ ਦਾ ਕੋਈ ਇਰਾਦਾ ਨਹੀਂ ਸੀ। ਐਡਵਾਈਜ਼ਰੀ ਪੈਨਲ ਨੇ ਬੁੱਧਵਾਰ ਨੂੰ ਕਿਹਾ ਕਿ ਰੂਸੋ ਦਾ ਵਤੀਰਾ ਨਾ ਕੇਵਲ ਗਲਤ ਤੇ ਅਨੁਚਿਤ ਸੀ ਬਲਕਿ ਪੀੜਤਾ ਤੋਂ ਅਜਿਹੇ ਸਵਾਲ ਪੁੱਛਣਾ ਵੀ ਕਾਫੀ ਖਰਾਬ ਸੀ। ਜੌਨ ਰੂਸੋ ਸਮਰਥਨ ਨਿਊ ਜਰਸੀ ਦੇ ਓਸਨ ਕਾਉਂਟੀ ਬੈਂਚ 'ਚ ਜੱਜ ਨੇ 2017 ਤੋਂ ਪ੍ਰਸ਼ਾਸਨਿਕ ਛੁੱਟੀ ਦੇਣੀ। ਜੁਲਾਈ 'ਚ ਇਸ ਮਾਮਲੇ ਦੀ ਆਖਰੀ ਸੁਣਵਾਈ ਹੋਵੇਗੀ ਤੇ ਰੂਸੋ ਨੂੰ ਪੈਨਲ ਦੀ ਸਿਫਾਰਿਸ਼ ਤੇ ਪ੍ਰਤੀਕਿਰਿਆ ਦੇਣ ਦਾ ਮੌਕਾ ਵੀ ਮਿਲੇਗਾ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਈਲੈਟਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾ ਰਿਹਾ, ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਿਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ, ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤਾਂ ਕੀ ਰਿਕੁਆਇਰਮੈਂਟ ਹੈ। ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰੋ।